ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰਹਿੰਦੀ? ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ। ਭਰਾ ਦੇ ਮਤਲਬ ਵੱਡੇ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ 'ਚ ਆ ਜਾਣ। ਵੱਟਾਂ ਦੇ ਰੌਲੇ ਵੀ ਹੁੰਦੇ ਆ, ਸ਼ਰੀਕੇਬਾਜ਼ੀ ਜਿਹੜੀ ਪਿੰਡਾਂ 'ਚ ਆਪਾਂ ਦੇਖਦੇ ਹਾਂ ਉਹ ਵੀ ਕੁਛ ਪਰਸੈਂਟ 'ਚ ਹੈ, ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ। ਭਰਾਵਾਂ ਦਾ ਰਿਸ਼ਤਾ ਬੜਾ ਅਨਮੋਲ ਜਿਹਾ ਹੁੰਦਾ, ਔਰ ਅੱਜ ਕੱਲ੍ਹ ਕਿਹਾ ਜਾਂਦਾ ਕਿ ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ, ਪਰ ਇਸ ਮੂਵੀ ਦੇ ਵਿੱਚ ਜਿਸ ਤਰ੍ਹਾਂ ਪੋਰਟਰੇ ਕੀਤਾ ਹੋਇਆ ਭਰਾਵਾਂ ਦੇ ਰਿਸ਼ਤੇ ਨੂੰ, ਉਸ ਬਾਰੇ ਥੋੜ੍ਹਾ ਜਿਹਾ ਦੱਸੋ ਔਰ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰਹਿੰਦੀ ਹੈ? ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ। ਭਰਾ ਦੇ ਮਤਲਬ ਵੱਡੇ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ 'ਚ ਆ ਜਾਣ, ਹੈ ਨਾ, ਇਸ ਫਿਲਮ 'ਚ ਵੀ ਆਈ ਹੈ। ਔਰ ਇਹ ਵਾਕਈ ਹੁਣ ਤਾਂ ਚਲੋ ਦੌਰ ਬਦਲ ਰਿਹਾ ਸ਼ਾਇਦ, ਪਰ ਜਿੰਨੀਆਂ ਕੁ ਕਹਾਣੀਆਂ ਕਿੱਸੇ ਅਸੀਂ ਸਾਡੇ ਪੇਰੈਂਟਸ ਤੋਂ ਸੁਣਿਆ ਵੀ ਭਰਾ ਭਰਾ ਲਈ ਜਾਨ ਵਾਰ ਦਿੰਦੇ ਸੀ, ਹੈ ਨਾ, ਅਤੇ ਸ਼ਾਇਦ ਇਸ ਫਿਲਮ 'ਚ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਕਿ ਇੱਕ ਭਰਾ ਭਰਾ ਦੇ ਲਈ ਕੀ ਕਰ ਸਕਦਾ। ਅਕਸਰ ਪੰਜਾਬੀ ਫਿਲਮਾਂ 'ਚ ਦੇਖਿਆ ਜਾਂਦਾ ਕਿ ਵੱਟ ਦਾ ਰੌਲਾ ਚੱਲਦਾ ਔਰ ਭਰਾ ਭਰਾ ਦੀ ਜਾਨ ਲੈਣ 'ਤੇ ਆ ਜਾਂਦਾ ਜ਼ਮੀਨ ਪਿੱਛੇ, ਇਹ ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜਿੱਥੇ ਪਿਆਰ ਦਿਖਾਇਆ ਜਾਏਗਾ, ਨਿੱਘ ਦਿਖਾਇਆ ਜਾਏਗਾ। ਪਰ ਸੱਚਾਈ ਤਾਂ ਦੇਖੋ ਹੀ, ਵੱਟ ਦੇ ਸਾਰੀਆਂ ਇਗਜ਼ਾਮਪਲ ਸਾਡੇ ਆਸ ਪਾਸ ਹੀ ਨੇ, ਵੱਟਾਂ ਦੇ ਰੌਲੇ ਵੀ ਹੁੰਦੇ ਆ, ਸ਼ਰੀਕੇਬਾਜ਼ੀ ਜਿਹੜੀ ਪਿੰਡਾਂ 'ਚ ਆਪਾਂ ਦੇਖਦੇ ਹਾਂ ਉਹ ਵੀ ਕੁਛ ਪਰਸੈਂਟ 'ਚ ਹੈ, ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ। ਅਤੇ ਮੈਨੂੰ ਲੱਗਦਾ ਕਿ ਖਿਡਾਰੀ ਫਿਲਮ ਬਾਖੂਬੀ ਉਸ ਤਸਵੀਰ ਨੂੰ ਤੁਹਾਨੂੰ ਦਿਖਾਏਗੀ। ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰਹਿੰਦੀ? ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ। ਭਰਾ ਦੇ ਮਤਲਬ ਵੱਡੇ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ 'ਚ ਆ ਜਾਣ। ਵੱਟਾਂ ਦੇ ਰੌਲੇ ਵੀ ਹੁੰਦੇ ਆ, ਸ਼ਰੀਕੇਬਾਜ਼ੀ ਜਿਹੜੀ ਪਿੰਡਾਂ 'ਚ ਆਪਾਂ ਦੇਖਦੇ ਹਾਂ ਉਹ ਵੀ ਕੁਛ ਪਰਸੈਂਟ 'ਚ ਹੈ, ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ। ਭਰਾਵਾਂ ਦਾ ਰਿਸ਼ਤਾ ਬੜਾ ਅਨਮੋਲ ਜਿਹਾ ਹੁੰਦਾ, ਔਰ ਅੱਜ ਕੱਲ੍ਹ ਕਿਹਾ ਜਾਂਦਾ ਕਿ ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ, ਪਰ ਇਸ ਮੂਵੀ ਦੇ ਵਿੱਚ ਜਿਸ ਤਰ੍ਹਾਂ ਪੋਰਟਰੇ ਕੀਤਾ ਹੋਇਆ ਭਰਾਵਾਂ ਦੇ ਰਿਸ਼ਤੇ ਨੂੰ, ਉਸ ਬਾਰੇ ਥੋੜ੍ਹਾ ਜਿਹਾ ਦੱਸੋ ਔਰ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰਹਿੰਦੀ ਹੈ? ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ। ਭਰਾ ਦੇ ਮਤਲਬ ਵੱਡੇ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ 'ਚ ਆ ਜਾਣ, ਹੈ ਨਾ, ਇਸ ਫਿਲਮ 'ਚ ਵੀ ਆਈ ਹੈ। ਔਰ ਇਹ ਵਾਕਈ ਹੁਣ ਤਾਂ ਚਲੋ ਦੌਰ ਬਦਲ ਰਿਹਾ ਸ਼ਾਇਦ, ਪਰ ਜਿੰਨੀਆਂ ਕੁ ਕਹਾਣੀਆਂ ਕਿੱਸੇ ਅਸੀਂ ਸਾਡੇ ਪੇਰੈਂਟਸ ਤੋਂ ਸੁਣਿਆ ਵੀ ਭਰਾ ਭਰਾ ਲਈ ਜਾਨ ਵਾਰ ਦਿੰਦੇ ਸੀ, ਹੈ ਨਾ, ਅਤੇ ਸ਼ਾਇਦ ਇਸ ਫਿਲਮ 'ਚ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਕਿ ਇੱਕ ਭਰਾ ਭਰਾ ਦੇ ਲਈ ਕੀ ਕਰ ਸਕਦਾ। ਅਕਸਰ ਪੰਜਾਬੀ ਫਿਲਮਾਂ 'ਚ ਦੇਖਿਆ ਜਾਂਦਾ ਕਿ ਵੱਟ ਦਾ ਰੌਲਾ ਚੱਲਦਾ ਔਰ ਭਰਾ ਭਰਾ ਦੀ ਜਾਨ ਲੈਣ 'ਤੇ ਆ ਜਾਂਦਾ ਜ਼ਮੀਨ ਪਿੱਛੇ, ਇਹ ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜਿੱਥੇ ਪਿਆਰ ਦਿਖਾਇਆ ਜਾਏਗਾ, ਨਿੱਘ ਦਿਖਾਇਆ ਜਾਏ। ਪਰ ਸੱਚਾਈ ਤਾਂ ਦੇਖੋ ਹੀ, ਵੱਟ ਦੇ ਸਾਰੀਆਂ ਇਗਜ਼ਾਮਪਲ ਸਾਡੇ ਆਸ ਪਾਸ ਹੀ ਨੇ, ਵੱਟਾਂ ਦੇ ਰੌਲੇ ਵੀ ਹੁੰਦੇ ਆ, ਸ਼ਰੀਕੇਬਾਜ਼ੀ ਜਿਹੜੀ ਪਿੰਡਾਂ 'ਚ ਆਪਾਂ ਦੇਖਦੇ ਹਾਂ ਉਹ ਵੀ ਕੁਛ ਪਰਸੈਂਟ 'ਚ ਹੈ, ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ। ਅਤੇ ਮੈਨੂੰ ਲੱਗਦਾ ਕਿ ਖਿਡਾਰੀ ਫਿਲਮ ਬਾਖੂਬੀ ਉਸ ਤਸਵੀਰ ਨੂੰ ਤੁਹਾਨੂੰ ਦਿਖਾਏਗੀ।